ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਤੁਹਾਡੇ ਲਈ ਬਹੁਤ ਹੀ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ ਹਾਂ ਜੋ ਕਿ ਪੰਜਾਬ ਦੇ ਕੈਂਡੀਡੇਟ ਦੇ ਲਈ ਨਿਕਲ ਕੇ ਆ ਚੁੱਕਾ ਹੈ ਪੰਜਾਬ ਸਿਹਤ ਵਿਭਾਗ ਦੇ ਵਿੱਚ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਸੈਲਰੀ ਦੀ ਗੱਲ ਕਰਾਂ ਤਾਂ 15000 ਪਰ ਮੰਤ ਤੁਹਾਡੀ ਸੈਲਰੀ ਜਿਹੜੀ ਹੈ ਜੀ ਰਹਿਣ ਵਾਲੀ ਹੈ ਬਹੁਤ ਹੀ ਵਧੀਆ ਮੌਕਾ ਆਇਆ ਹੈ ਕਿੱਦਾਂ ਅਪਲਾਈ ਕਰਨਾ ਹੈ ਕੌਣ ਕੌਣ ਕੈਂਡੀਡੇਟ ਐਲੀਜੀਬਲ ਨੇ ਇਸ ਲਈ ਅਪਲਾਈ ਕਰਨ ਦੇ ਲਈ ਉਹ ਮੈਂ ਤੁਹਾਨੂੰ ਪੂਰੀ ਜਾਣਕਾਰੀ ਅੱਗੇ ਵੀਡੀਓ ਦੇ ਵਿੱਚ ਦਵਾਂਗਾ ਸੋ ਵੀਡੀਓ ਨੂੰ ਪੂਰਾ ਜ਼ਰ ਤਾਂ ਕਿ ਹਰ ਇੱਕ ਰਿਕਰੂਟਮੈਂਟ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਵੀ ਅਪਲਾਈ ਕਰ ਪਾਓ ਵੈਕੈਂਸੀਜ਼ ਦੀ ਗੱਲ ਕਰਾਂ ਤਾਂ ਹੋਰ ਕਈ ਵੈਕੈਂਸੀਜ਼ ਜਿਹੜੀਆਂ ਨੇ ਪੰਜਾਬ ਦੇ ਕੈਂਡੀਡੇਟ ਦੇ ਲਈ ਆਊਟ ਹੋ ਚੁੱਕੀਆਂ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ ਤੋਂ ਜਾ ਕੇ ਚੈੱਕ ਕਰ ਸਕਦੇ ਹੋ ਜਿਸ ਦੇ ਲਈ ਸਿੰਪਲੀ ਤੁਸੀ ਜਾਣਾ ਹੈ Google ਦੇ ਵਿੱਚ ਤੇ ਟਾਈਪ ਕਰਨਾ ਹੈ meetacademy.xyz ਫਰਸਟ ਨੰਬਰ ਤੁਹਾਨੂੰ ਸਾਡੀ ਵੈਬਸਾਈਟ DDG ਮਿਲ ਜਾਵੇਗੀ ਉੱਥੋਂ ਤੁਸੀਂ ਸਾਰੇ ਹੀ ਜੋਬ ਰਿਲੇਟਡ ਅਪਡੇਟ ਜਿਹੜੇ ਨੇ ਲੈ ਸਕਦੇ ਹੋ ਤੇ ਚੈੱਕ ਕਰਕੇ ਅਪਲਾਈ ਵੀ ਕਰ ਸਕਦੇ ਹੋ ਤੇ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਹਾਂ ਰਿਕਰੂਟਮੈਂਟ ਅਪਡੇਟ ਦੇ ਉੱਪਰ ਤੁਸੀਂ ਕਿਸ ਡਿਸਕ੍ਰਿਪਸ਼ਨ ਬਾਕਸ अवेलेबल ਹੈ ਡਾਊਨਲੋਡ ਕਰਕੇ ਆਪਣੀ ਤਿਆਰੀ ਜਿਹੜੀ ਹੈ ਉਹ ਪੱਕੀ ਕਰ ਸਕਦੇ ਹੋ ਤੇ ਚਲੋ ਹੁਣ ਤੁਹਾਨੂੰ ਲੈ ਚੱਲਦੇ ਹਾਂ ਰਿਕਰੂਟਮੈਂਟ ਅਪਡੇਟ ਤੇ ਸਭ ਤੋਂ ਪਹਿਲਾਂ ਅਸੀਂ ਗੱਲ ਕਰ ਲੈਣੇ ਦੇ ਲਈ ਅਪਲਾਈ ਕਿੱਦਾਂ ਕਰਨਾ ਹੋਏਗਾ ਜੀ ਇਹ ਜੋ ਨੋਟੀਫਿਕੇਸ਼ਨ ਕੀਤਾ ਗਿਆ ਹੈ ਜੀ ਉਹ ਨੈਸ਼ਨਲ ਹੈਲਥ ਮਿਸ਼ਨ ਵੱਲੋਂ ਹੀ ਆਊਟ ਕੀਤਾ ਗਿਆ ਹੈ ਗਵਰਨਮੈਂਟ ਆਫ ਪੰਜਾਬ ਡਿਪਾਰਟਮੈਂਟ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਵੱਲੋਂ ਸੋ ਇਸ ਦੇ ਲਈ ਆਨਲਾਈਨ ਅਪਲੀਕੇਸ਼ਨ ਜਿਹੜੀਆਂ ਨੇ ਇਨਵਾਈਟ ਕੀਤੀਆਂ ਗਈਆਂ ਨੇ ਸਿਰਫ ਔਰ ਸਿਰਫ ਆਨਲਾਈਨ ਹੀ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ ਨੋਟੀਫਿਕੇਸ਼ਨ ਜਿਹੜਾ ਹੈ ਜੀ 28 6 2022 ਨੂੰ ਜਾਰੀ ਕੀਤਾ ਗਿਆ ਸੀਗਾ ਔਰ ਇਸ ਦੇ ਵਿੱਚ ਜਿਹੜੀ ਵੈਕੈਂਸੀਜ਼ ਆਊਟ ਕੀਤੀਆਂ ਗਈਆਂ ਨੇ ਉਹ ਆਊਟ ਕੀਤੀਆਂ ਗਈਆਂ ਨੇ ਜੀ ਮਿਡワイਫਰੀ ਐਜੂਕੇਟਰ ਦੀਆਂ ਵੈਕੈਂਸੀਜ਼ ਨੇ ਜੋ ਕਿ ਤੁਸੀਂ ਦੇਖ ਪਾ ਰਹੇ ਹੋ ਟੋਟਲ ਨੰਬਰ ਆਫ ਵੈਕੈਂਸੀਜ਼ ਦੀ ਗੱਲ ਕਰਾਂ 24 ਵ ਲਕਸਪੀਰੀਅੰਸ ਹੈਗਾ ਰੀਸੈਂਟ ਕਲੀਨਿਕ ਮੈਡੀਟਿਟੀ ਐਕਸਪੀਰੀਅੰਸ ਹੈਗਾ ਜਾਂ ਫਿਰ ਐਮਐਸਸੀ ਨਰਸਿੰਗ ਦੀ ਉਸ ਕੀਤੀ ਹੋਈ ਹੈ ਔਰ ਸਪੈਸ਼ਲਿਟੀ ਹੈਗੀ ਉਹਨਾਂ ਨੂੰ ਐਬਸਟ੍ਰੈਕਟਸ ਵਿੱਚ ਜਾਂ ਗਾਇਕੋਨਾਲੋਜੀ ਦੇ ਵਿੱਚ ਪੀਡੀਟ੍ਰਿਕਸ ਦੇ ਵਿੱਚ ਜਾਂ ਕਮਿਊਨਿਟੀ ਹੈਲਥ ਫਿਰ ਇਹਨਾਂ ਨੂੰ 2 ਸਾਲ ਦਾ ਕਲੀਨਿਕਲ ਮੈਡੀਟ੍ਰਿਨਿਟੀ ਜਿਹੜਾ ਇਹਨਾਂ ਨੂੰ ਐਕਸਪੀਰੀਅੰਸ ਹੈਗਾ ਉਹ ਅਪਲਾਈ ਕਰ ਸਕਦੇ ਨੇ ਜਿਨ੍ਹਾਂ ਨੂੰ ਕੈਂਡੀਡੇਟਸ ਨੂੰ ਟੀਚਿੰਗ ਰਿਸਰਚ ਦਾ ਐਕਸਪੀਰੀਅੰਸ ਹੈ ਉਹ ਕੈਂਡੀਡੇਟ ਨੂੰ ਜਿਹੜੀ ਪ੍ਰੀਫਰੈਂਸ ਹੈ ਉਹ ਦਿੱਤੀ ਜਾਏਗੀ ਇਸ ਦੇ ਵਿੱਚ ਟੋਟਲ 100 ਮਾਰਕਸ ਦਾ ਜਿਹੜਾ ਤੁਹਾਡਾ ਇੱਕ ਰਿਟਨ ਟੈਸਟ ਹੈ ਜੀ ਉਹ ਹੋਣ ਵਾਲਾ ਹੈ ਜਿਹਦੇ ਲਈ ਤੁਸੀਂ ਤੁਸੀਂ ਦੇਖ ਪਾ ਰਹੇ ਹੋ ਇਹਨਾਂ ਨੇ ਪਾਰਟ 1 ਜਿਹੜਾ ਰਿਟਨ ਟੈਸਟ 40 ਮਾਰਕਸ ਦਾ ਹੈ ਆਬਜੈਕਟਿਵ ਸਟਰਕਚਰਡ ਕਲੀਨਿਕਲ ਐਗਜ਼ਾਮੀਨੇਸ਼ਨ ਜਿਹੜਾ ਹੈ 20 ਮਾਰਕਸ ਦਾ ਹੋਏਗਾ ਪਾਰਟ 2 ਦੇ ਵਿੱਚ 40 ਮਾਰਕਸ ਦੀ ਤੁਹਾਡੀ ਇੰਟਰਵਿ ਵਾਲੀ ਹੈ ਜੀ ਇਹ ਵੈਕੈਂਸੀਸ ਦੇ ਲਈ ਨੋਟੀਫਿਕੇਸ਼ਨ ਨੂੰ ਤੁਸੀਂ ਇਹਨਾਂ ਦੀ ਵੈਬਸਾਈਟ ਤੋਂ ਜਾ ਕੇ ਵੀ ਚੈੱਕ ਕਰ ਸਕਦੇ ਹੋ ਜੋ ਕਿ ਤੁਸੀਂ ਦੇਖ ਹੀ ਪਾ ਰਹੇ ਹੋ nhfpunjab.gov.in ਇਹ ਨੋਟੀਫਿਕੇਸ਼ਨ ਦਾ ਲਿੰਕ ਮੈਂ ਡਾਇਰੈਕਟ ਤੁਹਾਨੂੰ ਦੇ ਦਵਾਂਗਾ ਇਸ ਵਿੱਚ ਉਹਨੂੰ ਫਰਸਟ 6 ਮਨთ ਦੇ ਵਿੱਚ 15000 ਸੈਲਰੀ ਦਿੱਤੀ ਜਾਏਗੀ ਜਿਹੜੇ ਸਿਲੈਕਟਡ ਕੈਂਡੀਡੇਟ ਹੋਣਗੇ ਬਾਕੀ ਤੁਸੀਂ ਜਿਹੜੀ ਹੈ ਜੀ ਤੁਹਾਨੂੰ ਇਸ ਦੇ ਉੱਪਰ ਜਿਹੜਾ ਸੈਲਰੀ ਦਾ ਇਨਕ੍ਰੀਮੈਂਟ ਮਿਲੇਗਾ ਹੀ ਮਿਲੇਗਾ 45 ਸਾਲ ਤੱਕ ਦੇ ਕੈਂਡੀਡੇਟ ਇਸ ਦੇ ਲਈ ਐਲੀਜੀਬਲ ਨੇ ਤੇ ਅਪਲਾਈ ਕਰ ਸਕਦੇ ਨੇ ਜੀ ਰਿਮੋਡ ਆਫ ਰਿਕਰੂਟਮੈਂਟ ਜਿੱਦਾਂ ਮੈਂ ਤੁਹਾਨੂੰ ਦੱਸਿਆ ਜੀ 100 ਮਾਰ ਆਉਣ ਵਾਲੀ ਹੈ ਬਾਕੀ ਦੇ ਵਿੱਚ ਸਾਰੀ ਡਿਟੇਲਸ ਉਹਨਾਂ ਨੇ ਮੈਂਸ਼ਨ ਕੀਤੀ ਹੋਈ ਹੈ ਤੁਸੀਂ ਜ਼ਰੂਰ ਇੱਕ ਵਾਰੀ ਪੜ੍ਹ ਲੈਣਾ ਫਿਰ ਵੀ ਕੋਈ ਡਾਊਟ ਹੋਏਗਾ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਪੁੱਛ ਹੀ ਸਕਦੇ ਹੋ ਇਹ ਜਿਹੜੇ ਆਲਰੇਡੀ ਐਨ ਐਚ ਐਮ ਦੇ ਵਿੱਚ ਕੈਂਡੀਡੇਟ ਕੰਮ ਕਰ ਰਹੇ ਨੇ ਉਹ ਵੀ ਐਲੀਜੀਬਲ ਨੇ ਲਈ ਅਪਲਾਈ ਕਰ ਸਕਦੇ ਨੇ ਇਹ ਕੰਟ੍ਰੈਕਟ ਬੇਸਿਸ ਤੇ ਕੰਮ ਕਰ ਰਹੇ ਨੇ ਜੀ ਸੋ ਜ਼ਰੂਰ ਅਪਲਾਈ ਕਰਨਾ ਇਹਦੇ ਲਈ ਮੈਂ ਤੁਹਾਡੇ ਲਈ ਇਸੇ ਤਰ੍ਹਾਂ ਨਵੇਂ ਨਵੇਂ ਨੋਟੀਫਿਕੇਸ਼ਨ ਲੈ ਕੇ ਆਂਦਾ ਹੀ ਰਵਾਂਗਾ ਜੀ ਨੋਟੀਫਿਕੇਸ਼ਨ ਨੂੰ ਆਪਣੇ ਫਰੈਂਡ ਸਰਕਲ 'ਚ ਜ਼ਰੂਰ ਸ਼ੇਅਰ ਕਰ ਦੇਣਾ ਲਿੰਕ ਡਿਸਕ੍ਰਿਪਸ਼ਨ 'ਚ ਤੁਹਾਨੂੰ ਮੈਂ ਦੇ ਦਿੱਤਾ ਹੈ ਸੋ ਮਿਲਾਂਗਾ ਜੀ ਨਵੇਂ ਨੋ